ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ 11:58 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਦੇ ਭਰਤੀ ਦੇ ਲਈ ਹਜੇ ਹੋਰ ਕਰਨਾ ਪਵੇਗਾ ਇੰਤਜ਼ਾਰ ਪੰਜਾਬ ਦੇ ਵਿੱਚ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਦੀ ਭਰਤੀ ਦੇ ਵਿੱਚ ਹਜੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਦੀ ਭਰਤੀ ਸੰਬੰਧੀ ਬੀਤੇ ਦਿਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹਾਈ ਕੋਰਟ ਨੇ ਸੁਣਵਾਈ ਨੂੰ 13 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਦੱਸਦੇ ਕਿ ਇਹਨਾਂ ਦੇ ਵਿੱਚ 484 ਵੀ ਹਨ ਜੋ 2 ਸਾਲ ਪਹਿਲਾਂ ਜੁਆਇਨ ਕਰ ਚੁੱਕੇ ਹਨ ਪਰ ਅੱਜ ਤੱਕ ਉਹਨਾਂ ਨੂੰ ਪੋਸਟਿੰਗ ਨਹੀਂ ਮਿਲੀ ਹੈ ਹਾਲਾਂਕਿ ਇਹ ਪੰਜਾਬ ਸਰਕਾਰ ਦੇ ਕਰਮਚਾਰੀ ਮੰਨੇ ਜਾ ਰਹੇ ਹਨ ਪਰ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ ਹੈ ਇਹਨਾਂ ਦੇ ਵਿੱਚੋਂ ਸਿਰਫ 135 ਵਿਅਕਤੀਆਂ ਨੂੰ ਪੋਸਟਿੰਗ ਮਿਲੀ ਹੋਈ ਹੈ ਤੇ ਨਾਲ ਹੀ ਤਨਖਾਹ ਵੀ ਮਿਲ ਰਹੀ ਹੈ ਬਾਕੀ ਹਾਈ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ ਕੇਜਰੀਬਾਲ ਦੇ ਗੁਰਦਾਸਪੁਰ ਦੌਰੇ ਤੇ ਸੰਕਟਕਿਸਾਨ ਜਥੇਬੰਦੀਆਂ ਨੇ ਕੀਤਾ ਵੱਡਾ ਐਲਾਨ ਤਨੁਸਤ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਬਿੰਦ ਕੈਜਰੀਬਾਲ ਦੇ ਗੁਰਦਾਸਪੁਰ ਦੌਰੇ ਤੇ ਸੰਕਟ ਦੇ ਬੱਦਲ ਹਨ ਕਿਸਾਨ ਜੱਥੇਬੰਦੀਆਂ ਨੇ ਵੱਡਾ ਐਲਾਨ ਕਰ ਦਿੱਤਾ 2 ਦਸੰਬਰ ਨੂੰ ਗੁਰਦਾਸਪੁਰ ਪਹੁੰਚ ਰਹੇ ਕੈਜਰੀਬਾਲ ਤੇ ਸੀਮ ਭਗਵੰਤ ਮਾਨ ਦਾ ਵਿਰੋਧਾ ਕਰਨ ਦੇ ਲਈ ਕਿਸਾਨ ਜੱਥੇਬੰਦੀਆਂ ਨੇ ਮੀਟਿੰਗ ਕਰਕੇ ਵੱਡਾ ਫੈਸਲਾ ਲਿਆ ਕਿਸਾਨਾਂ ਦੇ ਵੱਲੋਂ ਗੁਰਦਾਸਪੁਰ ਦਾ ਆਲਾ ਦਵਾਲਾ ਜਾਮ ਕੀਤਾ ਜਾਵੇਗਾ ਦੱਸਦੇ ਕਿ ਪਿਛਲੇ ਦਿਨੀ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਜਲੰਧਰ ਤੁਨੋਵਾਲੀ ਫਾਟਕ ਤੇ ਰੋਡਾ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਵਾਅਦਾ ਕੀਤਾ ਗਿਆ ਸੀ ਕਿ 28 ਨਵੰਬਰ ਨੂੰ ਗੰਨੇ ਦਾ ਰੇਟ ਅਤੇ ਮਿੱਲਾਂ ਚੱਲਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੇ ਵਾਅਦੇ ਨੂੰ ਹਜੇ ਤੱਕ ਲਾਗੂ ਨਹੀਂ ਕੀਤਾ ਗਿਆ। ਜੋ ਸਰਾਸਰਾ ਕਿਸਾਨਾ ਦੇ ਨਾਲ ਤੱਕਾਇਆ ਤੇ ਇਸ ਮੌਕੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਨੇ ਕਸਬਾ ਹਰਚੋਬਾਲ ਵਿਖੇ ਮੀਟਿੰਗ ਕੀਤੀ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਪੰਜਾਬ ਗੋਬਾਸਾ 3 ਕੋਟ ਦੇ ਕਰ ਲੋ ਵਰਤੋ ਪੰਜਾਬ ਦੇ ਹੋ ਜਾਣਗੇ ਬਾਰੇ ਨਿਆਰੇ ਆਮ ਆਦਮੀ ਪਾਰਟੀ ਆਪਨੇ ਵਿਧਾਨ ਸਭਾ ਸੈਸ਼ਨ ਦਰਾਂਨ ਲਏ ਜੀਐਸਟੀ ਸੋਦਾ ਬੈਲ ਦੀ ਸ਼ਿਲਾਗਾ ਕਰਦਿਆਂ ਕਹਿ ਕੇ ਮਾਨ ਸਰਕਾਰ ਪੰਜਾਬ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਦੇ ਲਈ ਲਗਾਤਾਰ ਇਤਿਹਾਸਕ ਫੈਸਲੇ ਲੈ ਰਹੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ ਵੀਰਵਾਰ ਨੂੰ ਪਾਰਟੀ ਹੈੱਡਕੁਆਰਟਰ ਚੰਡੀਗੜ੍ਹ ਵਿਖੇ মিডিਆ ਨੂੰ ਸੰਬੋਧਨ ਕਰਦੇ ਆਪ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸੰਘਾ ਕੰਗਣ ਕਹਿ ਕੇ ਜੀਐਸਟੀ ਸੂਧਾ ਬਿੱਲ ਦੇ ਨਾਲ ਪੰਜਾਬ ਦਾ ਮਾਲੀਆ ਵਧੇਗਾ ਤੇ ਲੋਕਾਂ ਨੂੰ ਪੰਜਾਬ ਤੋਂ ਬਾਹਰ ਖਰੀਦਦਾਰੀ ਕਰਨ ਦੀ ਵੀ ਸਹੂਲਤ ਮਿਲੇਗੀ ਕੰਗਣ ਨੇ ਅੱਗੇ ਕਹਿ ਕੇ ਹੁਣ ਜੇਕਰ ਪੰਜਾਬ ਦੇ ਲੋਕ ਸੂਬੇ ਤੋਂ ਬਾਹਰ ਵਸਤੂਆਂ ਖਰੀਦਣ ਦੇ ਲਈ 3 ਕੋਟ ਦੇ ਵੱਰ ਤੋਂ ਕਰਦੇ ਹੰਤਾ ਇਹਦਾ ਟੈਕਸ ਪੰਜਾਬ ਸਰਕਾਰ ਦੇ ਖਾਤੇ ਵਿੱਚ ਆਵੇਗਾ ਤੇ ਉਹਨਾਂ ਨੇ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਖਰੀਦਦਾਰੀ ਕਰਨ ਦੇ ਲਈ ਕੋਡ ਤਨ ਦੀ ਬਰ ਤੋਂ ਕਰਨ ਦੇ ਅਪੀਲ ਕੀਤੀ ਆ ਕਾਂਗਣ ਮਾਨ ਸਰਕਾਰ ਦੇ ਵੱਲ ਵਨ ਟਾਈਮ ਸੈਟਲਮੈਂਟ ਸਕੀਮ ਦੇ ਫੈਸਲੇ ਦੇ ਵੀ ਸ਼ਲਾਘਾ ਕੀਤੀ ਆ ਤੇ ਉਹਨਾਂ ਨੇ ਕਹਿ ਕੇ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤੇ ਇਸ ਸਕੀਮ ਤਹਿਤ ਲਗਭਗ 95% ਦੇ ਪੈਂਡਿੰਗ ਕਿਸਨ ਦਾ ਨਿਪਟਾਰਾ ਕੀਤਾ ਜਾਵੇਗਾ ਆਪ ਵਿਧਾਇਕ ਗੱਜਨ ਮਾਜਰਾ ਨੂੰ ਭੇਜਿਆ ਪਟਿਆਲਾ ਜੇਲ੍ਹ ਆਪਾ ਵਿਧਾਇਕ ਗੱਜਨ ਮਾਜਰਾ ਨੂੰ ਕੱਲ੍ਹ ਮਹਾਲੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਕੇ ਨୟਕ ਹਰਾਸਤ ਵਿੱਚ ਭੇਜ ਦਿੱਤਾ ਗਿਆ ਤੇ ਮਾਮਲੇ ਦੀ ਅਗਲੀ ਸੁਣਵਾਈ 12 ਦਸੰਬਰ ਨੂੰ ਹੋਵੇਗੀ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸੰਘਾ ਗੱਜਨ ਮਾਜਰਾ ਨੂੰ ਕੱਲ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੇ ਵੱਲੋਂ ਮਹਾਲੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਥੋਂ ਦੀ ਵਿਸ਼ੇਸ਼ ਈਡੀ ਅਦਾਲਤ ਨੇ ਉਸ ਨੂੰ ਜੇਲ੍ਹ ਆ ਭੇਜ ਦਿੱਤਾ ਤੇ ਉਹ 12 ਦਸੰਬਰ ਤੱਕ ਨਿਆਂਇਕ ਹਰਾਸਤ ਵਿੱਚ ਰਹੇਗਾ ਤੇ ਉਸ ਨੂੰ 12 ਦਸੰਬਰ ਨੂੰ ਮਾੜਾ ਮਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। 81 ਕਰੋੜਾ ਲੋਕਾਂ ਨੂੰ ਵੱਡੀ ਖੁਸ਼ਖਬਰੀ ਮੋਦੀ ਸਰਕਾਰ ਨੇ ਇਸ ਜੋ ਇਹਨਾਂ ਨੂੰ ਲੈ ਕੇ ਕੀਤਾ ਇਹ ਖਾਸ ਵੱਡਾ ਐਲਾਨ। ਤਾਂ ਦੋਸਤੋ ਕੇਂਦਰ ਸਰਕਾਰ ਨੇ 81 ਕਰੋੜਾ ਲੋਕਾਂ ਦੇ ਲਈ ਵੱਡੀ ਖੁਸ਼ਖਬਰੀ ਦਿੱਤੀ ਹੈ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬਕਲਿਆਣ ਅੰਨ ਜੋ ਇਹਨਾਂ ਨੂੰ 1 ਜਨਵਰੀ 2024 ਤੋਂ ਹੋਰਾ 5 ਸਾਲਾਂ ਦੇ ਲਈ ਉਧਾਰਤਾ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਇਹ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੇ ਗਿਆ 16ਵੇਂ ਬੈਦਤਾ ਕਮਿਸ਼ਨ ਦੀਆਂ ਕੁਝ ਸ਼ਰਤਾਂ ਨੂੰ ਦਿੱਤੀ ਹਰੀ ਚੰਡੀ ਦੱਸਦੇ ਕਿ ਇਸ ਯੋਜਨਾ ਦੇ ਤਹਿਤ ਲੋਕਾਂ ਨੂੰ ਹਰ ਮਹੀਨੇ 5 ਕਿਲੋਗ੍ਰam ਮਾਫਦਾ ਭੋਜਨ ਦਿੱਤਾ ਜਾਂਦਾ ਹੈ ਤਹਿਤ ਦੇ ਨਾਲ ਹੀ ਕੈਬਨਟ ਮੀਟਿੰਗ ਵਿੱਚ 16ਵੇਂ ਬੈਦਤਾ ਕਮਿਸ਼ਨ ਦੀਆਂ ਕੁਝ ਸ਼ਰਤਾਂ ਨੂੰ ਹਰੀ ਚੰਡੀ ਦੇ ਦਿੱਤੇ ਗਿਆ ਕੇਂਦਰੀ ਮੰਤਰੀ अनुराग ठाकਰ ਨੇ মিডিਆ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਦਿੱਤੀ ਭਾਜਪਾ ਜਾਂ ਕਾਂਗਰਸ ਜਾਨੋਂ ਪੰਜ ਰਾਜਾਂ ਦੇ ਐਗਜ਼ਟਾ ਪੋਲਨ ਨਤੀਜਿਆਂ ਦੇ ਵਿੱਚ ਕਹਿਦਾ ਪੱਲਾ ਭਾਰੀ ਤੁਨ ਉਸ ਤੋਂ ਵਿਧਾਨ ਸਭਾ ਚੋਣਾਂ 2023 ਦੇ ਲਈ ਐਗਜ਼ਟਾ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਸਾਰੇ ਪੰਜ ਰਾਜਾਂ ਮਧ ਪ੍ਰਦੇਸ਼ ਰਾਜਸਥਾਨ ਤੇਲਗਾਨਾ ਛਤੀਸਗੜਾ ਤੇ ਮੇਜ਼ਰਮ ਦੇ ਐਗਜ਼ਟਾ ਪੋਲ ਦੇ ਨਤੀਜਿਆਂ ਵਿੱਚ ਭਾਜਪਾ ਨੂੰ ਰਾਜਸਥਾਨ ਵਿੱਚ ਹੀ ਫਾਇਦਾ ਹੁੰਦਾ ਨਜ਼ਰ ਆ ਰਿਹਾ ਜਦੋਂ ਕਿ ਛੱਤੀਸਗੜ੍ਹ ਵਿੱਚ ਕਾਂਗਰਸ ਮੜ ਸੱਤਾ ਦੇ ਵਿੱਚ ਆਉਂਦੀ ਨਜ਼ਰ ਆ ਰਹੀ ਆ ਜਦਕਿ ਮੱਧ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਵਿਚਾਲੇ ਕਰੀਬੀ ਮੁਕਾਬਲਾ ਹੋੰਦੇ ਮੇ ਦਾ ਤੇ ਇਹਨਾਂ ਰਾਜਾਂ ਦੇ ਵਿੱਚ 7 ਨਵੰਬਰ ਤੋਂ 3 ਨਵੰਬਰ ਦੇ ਦਰਮਿਆਨ VOTING ਹੋਈ ਹੈ ਸਾਰੀਆਂ 5 ਵਿਧਾਨ ਸਭਾ ਚੋਣ ਦੇ ਨਤੀਜੇ ਦਿਨ ਐਤਵਾਰ 3 ਦਸੰਬਰ ਨੂੰ ਐਲਾਨੇ ਜਾਣਗੇ ਮੱਧ ਪ੍ਰਦੇਸ਼ ਦੇ ਵਿੱਚ ਭਾਜਪਾ ਨੂੰ 112 ਸੀਟਾਂ ਮਿਲਣ ਦੀ ਉਮੀਦ ਹੈ ਕਾਂਗਰਸ <kangress> ਨੂੰ 113 ਤੇ ਹੋਰਾਂ ਨੂੰ ਪੰਜ ਸੀਟਾਂ ਮਿਲਣ ਦੀ ਉਮੀਦ ਹੈ ਰਾਜਸਥਾਨ ਵਿੱਚ ਭਾਜਪਾ ਨੂੰ 111 ਕਾਂਗਰਸ ਨੂੰ 74 ਅਤੇ ਹੋਰ ਨੂੰ 14 ਸੀਟਾਂ ਮਿਲਣ ਦੀ ਉਮੀਦ ਹੈ ਛੱਤੀਸਗੜ੍ਹ ਵਿੱਚ ਭਾਜਪਾ ਨੂੰ 40 ਅਤੇ ਕਾਂਗਰਸ ਨੂੰ 47 ਅਤੇ ਹੋਰਾਂ ਨੂੰ ਤਿੰਨ ਸੀਟਾਂ ਮਿਲਣ ਦੀ ਉਮੀਦ ਹੈ ਤੇਲਗਾਨਾ ਦੇ ਵਿੱਚ ਬੀਆਰਐਸ ਨੂੰ 48 ਕਾਂਗਰਸ ਨੂੰ 56 ਭਾਜਪਾ ਨੂੰ 10 ਅਤੇ ਐਮਆਈਐਮ ਨੂੰ ਪੰਜ ਸੀਟਾਂ ਮਿਲਣ ਦੀ ਉਮੀਦ ਹੈ ਮਿਜ਼ਰਾਮ ਦੇ ਵਿੱਚ ਐਮ ਐਨ ਐਪ ਨੂੰ 12 ਜੈਡ ਐਮ ਪੀ ਨੂੰ 20 ਪਾਈਪਾ ਨੂੰ ਇੱਕਾ ਅਤੇ ਕਾਂਗਰਸ ਨੂੰ 7 ਸਿੱਟਾ ਮਿਲਣ ਦੇ ਅਮੀਰ ਹੈ ਅਮਰੀਕਾ ਤੋਂ ਵੱਡੀ ਖਬਰ ਗੁਰਪਤਵੰਤਾ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚੰਦਲੇ ਅਮਰੀਕੀ ਅਦਾਲਤ ਵਿੱਚ ਭਾਰਤੀ ਤੇ ਦੋਸ਼ ਅਮਰੀਕਾ ਦੇ ਵਿੱਚ ਸਿਕਪੁਰ ਜਸਟਿਸ ਦੇ ਗੁਰਪਤਵੰਤਾ ਸੰਘਾ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚੰਦਲੇ ਅਮਰੀਕੀ ਅਦਾਲਤ ਵਿੱਚ ਇੱਕ ਭਾਰਤੀ ਨਾਗਰਿਕ ਤੇ ਦੋਸ਼ ਤਹਿ ਕੀਤੇ ਗਏ ਹਨ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਲਈ ਅਮਰੀਕੀ ਅਟਾਰਨੀ ਮੈਥਿਊ ਜੀ ਉਲਸਨ ਨੇ ਦੱਸਿਆ ਹੈ ਕਿ ਨਿਖਲ ਗਪਤਾ 52 ਸਾਲਾ ਪੈਸਲੇ ਕੇ ਕਤਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲੱਗ ਗਿਆ ਹੈ। ਜਿਸ ਵਿੱਚ ਵੱਤ ਬਾਦ 10 ਸਾਲ ਦੀ ਸਜ਼ਾ ਹੋ ਸਕਦੀ ਹੈ ਅਮਰੀਕੀ ਅਧਿਕਾਰੀਆਂ ਕਹਿ ਕੇ ਗਪਤਾ ਨਿਊਯਾਰਕ ਸ਼ਹਿਰ ਦੇ ਵਿੱਚ ਰਹਿ ਰਹੇ ਪੰਨੂ ਨੂੰ ਮਾਰਨ ਦੇ ਲਈ ਇੱਕ ਕਾਤਲ ਨੂੰ 1 ਲੱਖ ਡਾਲਰ ਦੇਣ ਦੇ ਲਈ ਸਹਿਮਤ ਹੋ ਗਿਆ ਸੀ। ਅਗਲੀ ਖਬਰਾਂ ਮੈਂ ਮਧੂਰਨ ਮੋਦੀ ਸਰਕਾਰ ਦੁਆਰਾ ਦਵਾਵੇਗੀ ਸਪੈਸ਼ਲ ਆਈਡੀ ਕਾਰਡ ਮਿਲੇਗਾ ਹਰ ਸਰਕਾਰੀ ਜੋਇਨਾ ਦਾ ਲਾਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਮਜ਼ਦੂਰਾਂ ਦੇ ਲਈ ਵਿਸ਼ੇਸ਼ ਪਛਾਣ ਪੱਤਰ ਬਣਾਉਣ ਦਾ ਐਲਾਨ ਕੀਤਾ ਇਹ ਮਜ਼ਦੂਰਾਂ ਦੇ ਲਈ ਗੇਮ ਚੇਂਜਰ ਸਾਬਤ ਹੋਵੇਗਾ ਇਸ ਦੀ ਮਦਦ ਦੇ ਨਾਲ ਉਹ ਨਾ ਸਿਰਫ ਸਰਕਾਰ ਦੇ ਵੱਲੋਂ ਚਲਾਈਆਂ ਜਾ ਰੀਆਂ ਬੱਖ-ਬੱਖ ਸਕੀਮਾਂ ਦਾ ਲਾਭ ਆਸਾਨੀ ਦੇ ਨਾਲ ਲੈ ਸਕਣਗੇ ਸਗੋਂ ਠੇਕੇਦਾਰਾਂ ਤੇ ਵੀ ਨਜ਼ਰ ਰੱਖ ਸਕਣਗੇ ਕੇਂਦਰੀ ਸਰਕਾਰ ਗਰੀਬਾਂ ਮਜ਼ਦੂਰਾ ਤੇ ਕਿਸਾਨਾਂ ਦੇ ਲਾਭ ਦੇ ਲਈ ਲਗਾਤਾਰ ਸਕੀਮਾਂ ਲਿਆਉਂਦੀ ਰਹਿੰਦੀ ਹੈ ਪਰ ਕਈ ਵਾਰ ਇਹਨਾਂ ਦਾ ਸਹੀ ਲਾਭ ਲੋਕਾਂ ਤੱਕ ਨਹੀਂ ਪਹੁੰਚਦਾ ਇਹ ਵਿਸ਼ੇਸ਼ ਆਈਡੀ ਕਾਰਡ ਉਹਨਾਂ ਦੇ ਲਈ ਹਥਿਆਰ ਬਜੋ ਕੰਮ ਕਰੇਗਾ ਤੇ ਸਾਰੀ ਦੇ ਕੰਮ ਦੇ ਵਿੱਚ ਲੱਗੇ ਪ੍ਰਵਾਸੀ ਮਜ਼ਦੂਰਾ ਨੂੰ ਵਿਸ਼ੇਸ਼ ਤੌਰ ਤੇ ਇਹਦਾ ਫਾਇਦਾ ਹੋਵੇਗਾ ਕਰਤ ਮੰਤਰਾਲੇ ਦੀ ਸਕੱਤਰ ਆਰਤੀ ਉਹਜਨ ਕਹਿ ਕੇ ਇਹ ਵਿਸ਼ੇਸ਼ ਪਛਾਣ ਪੱਤਰ ਮਜ਼ਦੂਰਾਂ ਦੇ ਆਧਾਰ ਕਾਰਡ ਤੇ ਇਸ ਰਮ ਡਾਟਾਬੇਸ ਦੇ ਨਾਲ ਲਿੰਕ ਕੀਤਾ ਜਾਵੇਗਾ ਇਸ ਸਬੰਧੀ ਵਿਸਥਾਰਤ ਐਲਾਨਾ ਅਗਲੇ ਹਫਤੇ ਕੀਤਾ ਜਾ ਸਕਦਾ ਆਰਤੀ ਉਹਜਨ ਕਹਿ ਕੇ ਮੰਤਰਾਲਾ ਮਜ਼ਦੂਰਾਂ ਨੂੰ ਦਰਪੇਸ਼ ਸਾਰੀਆਂ ਮੁਸ਼ਕਲਾਂ ਨੂੰ ਖਤਮ ਕਰੇਗਾ ਅਗਲੀ ਖਬਰ ਯੂ ਪੀ ਆਈ 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 ਤੇ ਪੈਨਸ਼ਨ ਬੰਦ ਬੈਂਕਾਂ ਨੂੰ ਵੀ ਲੱਗੇਗਾ ਜੁਰਮਾਨਾ ਜਾਣੋ ਦਸੰਬਰ ਮਹੀਨੇ ਵਿੱਚ ਹੋਣ ਵਾਲੇ ਵੱਡੇ ਬਦਲਾ ਸਾਲ 2023 ਦਾ ਆਖਰੀ ਮਹੀਨਾ ਦਸੰਬਰ ਹੈ ਸ਼ੁਰੂ ਹੋਣ ਜਾ ਰਿਹਾ ਨਵੇਂ ਮਹੀਨੇ ਦੇ ਨਾਲ ਨਵੇਂ ਬਦਲਾ ਤੇ ਨਵੇਂ ਨਿਯਮ ਵੀ ਲਾਗੂ ਕੀਤੇ ਜਾ ਰਹੇ ਹਨ ਇਸ ਵਿੱਚ SIM ਕਾਰਡ UPI ID ਬੈਂਕਿੰਗ ਸੈਕਟਰ ਪੈਨਸ਼ਨ ਆਦ ਦੇ ਨਾਲ ਸੰਬੰਧਤਾ ਕਈ ਨਵੇਂ ਨਿਯਮ ਹਨ ਜੋ ਕਿ ਸਾਡੇ ਅਤੇ ਤੁਹਾਡੀ ਜੀਬ ਤੇ ਜੀਵਨਤੇ ਦੂਮਾ ਨੂੰ ਪ੍ਰਭਾਵਿਤ ਕਰਨਗੇ ਆਉ ਜਾਣਦੇ ਕਿ 1 ਦਸੰਬਰ 2023 ਤੋਂ ਕੀ ਬਦਲਾ ਹੋਵੇਗਾ ਇਨ ਐਕਟਿਵ ਯੂਪੀਆਈ ਆਈਡੀ ਬੰਦ ਹੋਵੇਗੀ ਤੁਸੀਂ ਅਤੇ ਮੈਂ ਯੂਪੀਆਈ ਆਈਡੀ ਰਾਹੀਂ ਆਸਾਨੀ ਦੇ ਨਾਲ ਇੱਕ ਦੂਜੇ ਨੂੰ ਪੈਸੇ ਟਰਾਂਸਫਰ ਕਰਦੇ ਹਾਂ ਭੁਗਤਾਨ ਰੈਗੂਲੇਟਰੀ ਬਾਡੀ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਹਾਲ ਹੀ ਦੇ ਵਿੱਚ ਜਾਰੀ ਕੀਤਾ ਇੱਕ ਸਰਕੂਲਰ ਦੇ ਵਿੱਚ ਥਰਡ پارٹی ਐਪਾ ਪ੍ਰਦਾਤਾਵਾਂ ਅਤੇ ਭੁਗਤਾਨ ਸੇਵਾ ਪ੍ਰਦਾਤਾਵਾਂ ਨੂੰ ਅਜੇ ਸਾਰੇ UPI ID ਨੂੰ ਅਯੋਗ ਕਰਨ ਦੇ ਲਈ ਕਿਹਾ ਗਿਆ ਹੈ ਜੋ ਕਿ 1 ਸਾਲ ਤੋਂ ਐਕਟਿਵ ਨਹੀਂ ਹਨ ਜੀਵਨ ਸਰਟੀਫਿਕੇਟ ਜਮ੍ਹਾਂ ਨਾ ਕਰਨ ਤੇ ਪੈਨਸ਼ਨ ਬੰਦ ਦਾ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਕਰਮਚਾਰੀਆਂ ਦੇ ਲਈ ਨਵੰਬਰ ਮਹੀਨੇ ਤੋਂ ਅੰਤ ਤੋਂ ਪਹਿਲਾਂ ਜੀਵਨ ਸਰਟੀਫਿਕੇਟ ਜਮ੍ਹਾਂ ਕਰਨਾ ਜ਼ਰੂਰੀ ਹੈ ਅਜੇ ਨਾ ਕਰਨ ਤੇ ਪੈਨਸ਼ਨ ਬੰਦ ਹੋ ਜਾਵੇਗੀ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੇ ਲਈ 60 ਸਾਲ ਤੋਂ ਬਾਅਦ ਅਤੇ 80 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ 1 ਨਵੰਬਰ ਤੋਂ 30 ਨਵੰਬਰ ਤੱਕ ਅਤੇ 80 ਸਾਲ ਤੋਂ ਬਾਅਦ ਉਮਰ ਦੇ ਲੋਕਾਂ ਨੂੰ 1 ਅਕਤੂਬਰ ਤੋਂ 30 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਦਸਤਾਵੇਜ਼ਾਂ ਵਾਪਸ ਕਰਨ ਦੇ ਵਿੱਚ ਦੇਰੀ ਹੁੰਤੇ ਬੈਂਕ ਅਦਾ ਕਰੇਗਾ ਜੁਰਮਾਨਾ 1 ਦਸੰਬਰ ਤੋਂ ਬੈਂਕਿੰਗ ਖੇਤਰ ਦੇ ਵਿੱਚ ਇੱਕ ਨਵਾਂ ਬਦਲਾ ਹੁਣ ਜਾ ਰਿਹਾ ਹੈ। ਜੇਕਰ ਗਰੰਟੀ ਦੇ ਤੌਰ ਤੇ ਰੱਖੇਗੇ ਦਸਤਾਵੇਜ਼ਾਂ ਪੂਰੇ ਕਰਜ਼ੇ ਦੀ ਅਦਾਇਗੀ ਤੋਂ ਬਾਅਦ ਸਮੇਂ ਸਰ ਗਾਕ ਨੂੰ ਵਾਪਸ ਨਹੀਂ ਕੀਤੇ ਜਾਂਦੇ ਹਨ ਤਾਂ ਰਿజర్ਵ ਬੈਂਕ ਬੈਂਕਾਂ ਨੂੰ ਜੁਰਮਾਨਾ ਲਗਾਵੇਗਾ ਬੈਂਕਾਂ ਨੂੰ ਹਰ ਮਹੀਨੇ 5000 ਰੁਪਏ ਦਾ ਜੁਰਮਾਨਾ ਲੱਗੇਗਾ ਦਸੰਬਰ ਮਹੀਨੇ ਵਿੱਚ 18 ਦਿਨ ਬੰਦ ਰਹਿਣਗੇ ਬੈਂਕ 2023 ਨੂੰ ਹੁਣ ਅਲਵਦਾ ਕਹਿਣ ਦਾ ਸਮਾਂ ਆ ਗਿਆ ਹੁਣ ਸਭ ਨੂੰ 2024 ਦਾ ਹੀ ਇੰਤਜ਼ਾਰ ਹੈ ਪਰ ਫਿਰ ਵੀ ਸਾਲ ਦੇ ਆਖਰੀ ਮਹੀਨੇ ਵਿੱਚ ਆਰਬੇ ਦੇ ਦਸੰਬਰ 2023 ਦੇ ਲਈ ਛੁੱਟੀਆਂ ਦੇ ਕੈਲੰਡਰ ਦੇ ਅਨੁਸਾਰ ਆਉਣ ਵਾਲੇ ਇਸ ਮਹੀਨੇ ਦੇ ਵਿੱਚ ਬੈਂਕਾ 18 ਦਿਨਾਂ ਦੇ ਲਈ ਬੰਦ ਰਹਿਣਗੇ ਹਾਲਾਂਕਿ ਇਸ ਸੂਚੀ ਦੇ ਵਿੱਚ ਹਫਤਾਵਾਰੀ ਐਤਵਾਰ ਅਤੇ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਛੁੱਟੀਆਂ ਸ਼ਾਮਲ ਹਨ ਕਿਰਪਾ ਕਰਕੇ ਨੋਟ ਕਰੋ ਕਿ ਇਹਨਾਂ 18 ਦਿਨਾਂ ਦਿਆਂ ਛੁੱਟੀਆਂ ਦੇ ਦੌਰਾਨ ਆਨਲਾਈਨ ਬੈਂਕਿੰਗ ਸੇਵਾਵਾਂ ਤੁਹਾਡੇ ਗਾਹਕਾਂ ਦੇ ਲਈ ਉਪਲਬਧ ਹੋਣਗੀਆਂ ਜਿਸ ਕਾਰਨ ਤੁਸੀਂ ਆਪਣੇ ਬੈਂਕਿੰਗ ਦੇ ਨਾਲ ਸੰਬੰਧਤ ਕੰਮ ਵੀ ਪੂਰਾ ਕਰ ਸਕੋਗੇ ਨੈਗੋਟਿਏਬਲ ਇਨਸਟਰੂਮੈਂਟਸ ਐਕਟ 1881 ਦੇ ਅਨੁਸਾਰ ਬੈਂਕਾਂ ਦੀਆਂ ਸਾਰੀਆਂ ਛੁੱਟੀਆਂ ਨੂੰ ਚਾਰ ਬੱਕ ਬੱਕ ਸ਼੍ਰੇਣੀਆਂ ਦੇ ਵਿੱਚ ਵੰਡਿਆ ਗਿਆ ਹੈ